श्री मुक्तसर साहब दे विच कैबिनेट मंत्री अनमोल गगन मान पहुंचे, जिन्हां दे वल्लों 26 जनवरी गणतंत्र दिवस दे मौके दे उते श्री गुरु गोबिंद सिंह स्टेडियम मुक्तसर साहब विखे तिरंगा झंडा लहराया गया। इस मौके दे उते जदों तिरंगा झंडा लहरा रहे सन तां 2 तों 5 मिनट की देरी हो गई। जिक्रयोग है कि झंडा खुलन दे विच जिथे देरी हुई उथे उस तों बाद उन्होंने तिरंगा झंडा लहराया अते मार्च पास्ट का निरीक्षण भी किया। श्री मुक्तसर साहब तो अज की आवाज़ के लिए भजन समाग की रिपोर्ट। सब तो पहला पूरे देशवासियों पंजाब वासियों रिपब्लिक डे दियाँ बहुत बहुत आ जड़ियाँ वधाइयां ने 26 जनवरी दियाँ ते मुक्तसर साहब की पवित्र धरती ते अज आए हैं। जो इतों के बच्चों का अज हुनर वेख्या है, जो इन्हां दी झलकियाँ पेश कीतियां हैं, पहला तो बड़ा सराहण योग आ ते लाजवाब टैलेंट आ इतों के बच्चों च। बड़ी सोहनी सारा प्रोग्राम है जिहड़ा प्रशासन ने ते स्कूल ने ते सारे सिस्टम ने रल के बड़ा वधिया कीता होया सी। ते दूसरे नंबर उत्ते अज असी 500 महला क्लीनिक आ जिहड़े पंजाब दे विच ओपन कर रहे हैं। इहदे लई पंजाब वासियां नूं बहुत बहुत वधाइयां ते होर वख-वख स्कीमां जिहड़ियां उह अज उहदा वेरवा मैं अपनी स्पीच विच दित्ता है। ते अरदास करदे हां सारे रल मिल के कि बाबे नानक दी इह पवित्र धरती आउण वाले टाइम च ते दिनों दिन जिहड़ी होर तरक्की करे ते असीं इहदे लई रल मिल के सारे जणे मेहनत करांगे। नहीं, ये कमियां जिहड़ियां हैगियां ने इन्हां नूं दूर करांगे, इहदी दूर करन दी लोड़ आ। 100% ਜਿਹੜੀ ਵੀ ਕਿਤੇ ਕਮੀ ਪੇਸ਼ੀ ਹੈਗੀ ਹੈ ਉਹਨੂੰ ਸਰਕਾਰ ਧਿਆਨ ਰੱਖੂਗੀ। ਤੇ ਪਿੰਡਾਂ ਦੇ ਵਿੱਚ ਡਿਸਪੈਂਸਰੀ ਬੰਦ ਕੀਤੀਆਂ ਜਾ ਰਹੀਆਂ ਹਨ, ਬੰਦ ਕੀਤੀਆਂ ਜਾ ਰਹੀਆਂ ਡਿਸਪੈਂਸਰੀਆਂ। ਲੋਕਾਂ ਦਾ ਵਿਰੋਧ ਹੈ ਕਿ ਸਾਡੀਆਂ ਪਹਿਲਾਂ ਚੱਲਦੀਆਂ ਜਿਹੜੀਆਂ ਡਿਸਪੈਂਸਰੀਆਂ ਉਹਨਾਂ ਨੂੰ ਬੰਦ ਕਰਕੇ ਮਹੱਲਾ ਕਲੀਨਿਕ ਖੋਲੇ ਜਾ ਰਹੇ ਹਨ। ਨਹੀਂ, ਦੇਖੋ ਮਹੱਲਾ ਕਲੀਨਿਕ ਦਾ ਕਨਸੈਪਟ ਬਹੁਤ ਅੱਛਾ ਹੈ। ਇੱਥੇ ਤੁਹਾਡੇ ਸੈਂਕੜਿਆਂ ਦੀ ਗਿਣਤੀ ਜਿਹੜੇ ਟੈਸਟ ਆ ਦਵਾਈਆਂ ਮੁਫਤ ਮਿਲਦੇ ਨੇ। ਜਿੱਥੇ ਲੋਕਾਂ ਨੂੰ ਸਹੂਲਤ ਮਿਲਣੀ ਆ ਸਹੀ ਤਰੀਕੇ ਨਾਲ ਕੰਮ ਹੋਣਾ, 100% ਉਹ ਜਿਹੜਾ ਕੰਮ ਆ ਸਰਕਾਰ ਨੇ ਕਰਨਾ। ਬੇਫਿਕਰ ਰਹੋ, ਜਿਹੜਾ ਲੋਕਾਂ ਦੇ ਹਿੱਤ ਦੇ ਕੰਮ ਸਾਰੇ ਕਰਾਂਗੇ। ਇੱਕ ਸਰ ਗੋਲਡੀ ਬਰਾਡ ਬਾਰੇ ਤੁਸੀਂ ਕਿਹਾ ਸੀਗਾ ਕਿ ਉਹ ਜਲਦੀ ਪੇਸ਼ ਕੀਤਾ ਜਾਊਗਾ, ਲੇਕਿਨ ਹਜੇ ਤੱਕ 3 ਮਹੀਨੇ ਹੋ ਗਏ। ਦੇਖੋ, ਅੱਜ 26 ਜਨਵਰੀ ਦਾ ਮੈਟਰ ਆ ਤੇ ਇਹ ਜਿਹੜਾ ਕੰਮ ਹੈ ਸੀਐਮ ਸਾਹਿਬ ਹੀ ਇਹਦੇ ਤੇ ਸਾਰਾ ਦੱਸ ਸਕਦੇ ਨੇ। ਜੀ, ਸੀਐਮ ਸਾਹਿਬ ਦਾ ਹੀ ਮੈਂ ਕਿਹਾ ਸੀਗਾ। ਮੈਡਮ, ਇੱਕ ਤੁਸੀਂ ਵੀਆਈਪੀ ਕਲਚਰ ਦੀ ਗੱਲ ਕੀਤੀ ਸੀ, ਪਰ ਮੁਕਤਸਰ ਦੇ ਵਿੱਚ ਇਹਨੂੰ ਅਪਣਾਇਆ ਨਹੀਂ ਜਾ ਰਿਹਾ, ਹਾਲੇ ਵੀ ਕਈ ਛੋਟੇ ਵੱਡੇ ਅਫਸਰ ਜਿਹੜੇ ਕੁੱਤਿਆਂ ਲੱਗ ਘੁੰਮਦੇ। ਨਹੀਂ, ਜੇ ਕੋਈ ਇਸ ਤਰੀਕੇ ਦਾ ਕੋਈ ਧਿਆਨ ਹੈ ਤਾਂ ਆਉਂਦਾ ਹੈ ਤੇ ਜ਼ਰੂਰ ਸਾਨੂੰ ਮਸਲਾ ਦੱਸਿਓ, ਪਰ ਸਾਡੇ ਵੱਲੋਂ ਇਸ ਚੀਜ਼ ਤੇ ਮਨਾਹੀ ਹੈ ਜੀ। ਸਾਰੇ ਨਹੀਂ, ਮੈਨੂੰ ਇਸ ਬਾਰੇ ਹਾਲੇ ਪਤਾ ਨਹੀਂ ਹੈ ਜੀ, ਜ਼ਰੂਰ ਧਿਆਨ ਕਰਦੇ। ਕਾਫਲਾ ਆਉਣ ਤੇ 10 ਮਿੰਟ ਕਾਫਲਾ ਰੋਕਿਆ ਗਿਆ ਤੇ ਬਾਅਦ 'ਚ ਐਕਸੀਡੈਂਟ ਹੋ ਗਿਆ, ਕਈ ਸਵਾਰੀਆਂ ਜ਼ਖਮੀ ਹੋ ਗਈਆਂ ਅੱਜ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਵੀਆਈਪੀ ਕਲਚਰ ਲੱਗ ਰਿਹਾ ਸਾਨੂੰ। ਨਹੀਂ, ਮੈਨੂੰ ਇਸ ਗੱਲ ਦਾ ਨਹੀਂ ਪਤਾ ਜੀ, ਬਿਲਕੁਲ ਜਾਣਕਾਰੀ ਨਹੀਂ ਹੈਗੀ। ਤੇ ਮੇਰੇ ਨਾਲ ਤਾਂ ਜਿੰਨੀ ਕੁ ਮੇਰੀਆਂ 2 ਗੱਡੀਆਂ ਹੁੰਦੀਆਂ ਉਹ ਤੇ ਆਉਣਗੀਆਂ ਆਉਣਗੀਆਂ ਜੀ। ਹਾਰ ਸੀ ਸਾਨੂੰ ਪੁਲਿਸ ਕਰਮਚਾਰੀਆਂ ਦਾ ਗੇਟ ਤੇ ਐਂਟਰੀ ਤੇ ਪੱਤਰਕਾਰਾਂ ਨੂੰ ਮੀਡੀਆ ਨਾਲ ਮਾੜਾ ਕੀਤਾ। ਨਹੀਂ, ਝੜਕਾਂਗੇ ਆਪਾਂ ਜੇ ਕੁਛ ਇਦਾਂ ਦਾ ਹੈਗਾ ਤੇ ਮੇਰੇ ਪਤਾ ਕੀ ਆ ਰਾਜੇ, ਆਪਾਂ ਬੜਾ ਸੋਹਣਾ ਦਿਨ ਆ, ਆਪਾਂ ਇਸੇ ਧਰਤੀ ਦੇ ਬੱਚੇ ਆ ਸਾਰੇ, ਵੱਡੇ ਹੋ ਤੁਸੀਂ ਕੁਛ ਮੇਰੇ ਤੋਂ ਛੋਟੇ ਹੋ, ਥੋੜਾ ਰਲ ਕੇ ਆਪਸ ਚ ਮਿਲਵਰਤਨ ਵਧਾਈਏ। ਮੈਂ ਸੱਚੀ ਦੱਸਾਂ ਤੁਹਾਨੂੰ ਇੱਕ ਗੱਲ, ਮੀਡੀਆ ਨਹੀਂ ਨਹੀਂ ਕੋਈ ਨਹੀਂ, ਕੋਈ ਨਹੀਂ ਕਰੂਗਾ। ਮੈਂ ਖੜੀ ਹਾਂ ਇੱਥੇ ਤੁਹਾਡੇ ਲਈ, ਹਰ ਤਰ੍ਹਾਂ ਦੀ ਮਾਣ ਇੱਜ਼ਤ ਆ, ਤੁਸੀਂ ਲੋਕਤੰਤਰ ਦਾ ਥਾਮੇ ਹੋ ਤੇ 100% ਸਾਰਿਆਂ ਦੀ ਇੱਜ਼ਤ ਆ, ਰਿਸਪੈਕਟ ਆ ਤੁਹਾਡੀ ਹਰ ਗੱਲ ਦਾ। ਮੈਂ ਬੜੇ ਆਦਰ ਸਤਿਕਾਰ ਨਾਲ ਜਵਾਬ ਦਿੱਤਾ ਤੇ ਮੈਂ ਬੇਨਤੀ ਕਰਦੀ ਵੀ ਆਪਾਂ ਰਲ ਮਿਲ ਕੇ ਨਾ ਆਪਸ 'ਚ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਲਾਇਆ ਕਰੀਏ। ਬਹੁਤ ਧੰਨਵਾਦ ਜੀ, ਥੈਂਕ ਯੂ।